ਹਾਂਜੀ ਕਿਸਾਨ ਵੀਰੋ, ਸਾਰੇ ਹੁਣ ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਜਿਹੜਾ ਤੁਹਾਡੇ ਨਾਲ ਕੁਛ ਵਿਚਾਰ ਸਾਂਝੇ ਕਰਨੇ ਆ, ਕਣਕ ਦੀ ਵਾਢੀ ਅਜੇ ਚੱਲਣੀ ਆ, ਸਰ੍ਹੋਂ ਦੀ ਵਾਢੀ ਕਿਸਾਨ ਵੀਰ ਕਰ ਰਹੇ ਆ, ਨਾਲ ਨਾਲ ਜਦੋਂ ਫੀਲਡ ਜਾਈਦਾ ਜਾਂ ਆਪਾਂ ਕੋ ਕਿਸਾਨ ਕੈਂਪ 'ਤੇ ਜਾਂਦੇ ਹਾਂ, ਕਿਸਾਨ ਵੀਰਾਂ ਨੂੰ ਨੁੱਕੜ ਮੀਟਿੰਗਾਂ ਕਰਦੇ ਹਾਂ, ਤਾਂ ਉਹਨਾਂ ਦੇ ਝੋਨੇ ਦੀਆਂ ਬਾਸਮਤੀ ਦੀਆਂ ਪਿਛਲੇ ਸਾਲਾਂ ਵਾਲੀਆਂ ਕਿਸਮਾਂ ਅਤੇ ਨਵੀਆਂ ਕਿਸਮਾਂ ਬਾਰੇ ਕਈ ਸਵਾਲ ਹੁੰਦੇ ਆ, ਤਾਂ ਉਹਦੇ ਬਾਰੇ ਮੈਂ ਗੱਲਬਾਤ ਕਰਨੀ ਸੀਗੀ। ਕਿਸਾਨ ਵੀਰੋ ਦੇਖੋ, ਕਿਉਂਕਿ ਕਿਸਾਨ ਵੀਰਾਂ ਨੂੰ ਐਂ ਹੁੰਦਾ ਜਦੋਂ ਪਿਛਲੀ ਕਿਸਮ ਬਾਰੇ ਪਿਛਲੇ ਸਾਲਾਂ ਬਾਰੇ ਦੱਸੀਦਾ ਕਿ ਆਹ ਕਿਸਮਾਂ ਬਹੁਤ ਵਧੀਆ ਨੇ, ਤਾਂ ਕਈ ਕਿਸਾਨ ਵੀਰਾਂ ਨੂੰ ਐਂ ਹੁੰਦਾ ਕਿ ਸੋਸ਼ਲ ਮੀਡੀਆ 'ਤੇ ਪ੍ਰਚਾਰ ਵੀ ਕਈ ਜਗ੍ਹਾ 'ਤੇ ਕਾਫੀ ਹੋ ਰਿਹਾ, ਅਤੇ ਕਿਸਾਨ ਵੀਰਾਂ ਨਾਲ ਕਈ ਵਾਰ ਵਿਚਰਦੇ ਆ, ਕਈ ਵਾਰ ਉਹਨਾਂ ਨੂੰ ਇਸ ਤਰ੍ਹਾਂ ਦੇ ਨੁਕਸਾਨ ਵੀ ਮਿਲ ਜਾਂਦੇ ਕਿ ਸਾਡੇ ਕੋਲ ਪ੍ਰਾਈਵੇਟ ਕਿਸਮਾਂ 'ਤੇ ਤੁਸੀਂ ਆਹ ਤੁਹਾਡਾ 40 ਕੁਇੰਟਲ ਝਾੜ ਹੋ ਜੂਗਾ, ਤੁਹਾਡਾ 42 ਕੁਇੰਟਲ ਝਾੜ ਹੋ ਜੂ, ਤੁਹਾਡਾ 38 ਕੁਇੰਟਲ ਝਾੜ ਹੋ ਜੂ, ਕਿਉਂਕਿ 40 ਤੋਂ ਘੱਟ ਤਾਂ ਮੇਰੇ ਖਿਆਲ ਹੁਣ ਇਸ ਟਾਈਮ ਗੱਲ ਹੀ ਨਹੀਂ ਹੋ ਰਹੀ ਝੋਨੇ ਦੀਆਂ ਕਿਸਮਾਂ ਬਾਰੇ। ਤਾਂ ਬੇਨਤੀ ਇਹ ਆ ਕਿ ਕਿਸਾਨ ਵੀਰੋ, ਜਿਹੜੀਆਂ ਪਿਛਲੀਆਂ ਕਿਸਮਾਂ ਨੇ ਬਾਸਮਤੀ ਜਾਂ ਝੋਨੇ ਦੀਆਂ, ਉਹਦੇ ਬਾਰੇ ਇੱਕ ਤੁਹਾਨੂੰ ਮੈਂ ਸਵਾਲ ਕਰਨਾ, ਉਹਦਾ ਕਿਰਪਾ ਕਰਕੇ ਜਵਾਬ ਜ਼ਰੂਰ ਦਿਆ ਜੇ ਥੱਲੇ ਕਮੈਂਟ ਕਰਕੇ। ਵੱਧ ਤੋਂ ਵੱਧ ਹੋਰ ਕਿਸਾਨ ਵੀਰਾਂ ਦਾ ਫਾਇਦਾ ਹੋ ਗਿਆ ਇਹਦਾ, ਤੁਸੀਂ ਦੇਖਿਓ ਵੀ ਕਿੰਨਾ ਫਾਇਦਾ ਹੁੰਦਾ। ਨਾਲ ਜਿਹੜਾ ਹੈਗਾ, ਤੁਸੀਂ ਇਹ ਜ਼ਰੂਰ ਦੱਸਿਓ ਜੇ ਤੁਹਾਡੇ ਕੋਲ ਕੋਈ ਬੀਜ ਹੈ, ਏਰੀਆ ਵਾਈਜ਼ ਵੀ ਦੱਸ ਸਕਦੇ ਹਾਂ ਇੱਕ ਦੂਜੇ ਨਾਲ, ਬੀਜ ਤੁਸੀਂ ਵਟਾ ਵੀ ਸਕਦੇ। ਨਵੀਂ ਕਿਸਮ ਬਾਰੇ ਮੇਰੀ ਇਹੀ ਗੁਜ਼ਾਰਿਸ਼ ਹੈ, ਮੈਂ ਜਿਹੜੀਆਂ ਜੋ ਵੀ ਕਿਸਮਾਂ ਹੈ ਪਰਫੋਰਮ ਵਧੀਆ ਕੀਤੀਆਂ ਨੇ ਉਹਨਾਂ ਬਾਰੇ ਵੀ ਵੱਖਰੀਆਂ ਵੀਡੀਓ ਪਾਊਂਗਾ। ਇਹਦੇ ਵਿੱਚ ਮੈਂ ਤੁਹਾਡੇ ਤੋਂ ਸਵਾਲ ਇਹ ਜਿਹੜੇ ਹੈਗੇ ਇਹਦੇ ਜਵਾਬ ਲੈਣੇ ਆ ਕਿ ਪਿਛਲੇ ਸਾਲ ਤੁਸੀਂ ਕਿਹੜੀ ਕਿਸਮ ਝੋਨੇ ਦੀ ਬਾਸਮਤੀ ਦੀ ਜਿਹਦੇ ਵਿੱਚ ਤੁਸੀਂ ਕਾਮਯਾਬ ਰਹੇ, ਕਦੋਂ ਉਹਦੀ ਪਨੀਰੀ ਬੀਜੀ, ਕਦੋਂ ਉਹ ਤੁਸੀਂ ਟ੍ਰਾਂਸਪਲਾਂਟ ਕੀਤਾ, ਕਿੰਨਾ ਉਹਦਾ ਝਾੜ ਰਿਹਾ, ਕਿੰਨੀ ਤੁਸੀਂ ਖਾਦ ਪਾਈ, ਕਿੰਨਾ ਉਹਦਾ ਖਰਚਾ ਆਇਆ, ਅਤੇ ਕਣਕ ਤੋਂ ਕਿੰਨਾ ਚਿਰ ਪਹਿਲਾਂ ਤੁਸੀਂ ਵੱਢ ਲਿਆ। ਇਹਦੇ ਵਿੱਚੋਂ ਕਿਸੇ ਵੀ ਸਵਾਲ ਦਾ ਤੁਸੀਂ ਜਵਾਬ ਜੇ ਦੇ ਸਕਦੇ ਹਾਂ ਤਾਂ ਜ਼ਰੂਰ ਦਿਆ ਜੇ, ਥੱਲੇ ਕਮੈਂਟ ਕਰਕੇ ਦੱਸ ਦਿਆ ਜੇ ਤੁਸੀਂ ਕਿਹੜੀ ਕਿਸਮ ਇਸ ਵਾਰ ਲਾਉਣ ਜਾ ਰਹੇ ਹੋ, ਉਹ ਤੋਂ ਵੀ ਪਤਾ ਲੱਗ ਜੂਗੀ। ਜੇ ਪਿਛਲੀ ਵਾਰ ਚੰਗੀ ਰਹੀ ਹੋ ਤਾਂ ਹੀ ਤੁਸੀਂ ਲਾਉਂਗੇ ਨਾ ਝੋਨੇ ਦੀ, ਬਾਸਮਤੀ ਦੀ, ਅਤੇ ਕਦੋਂ ਉਹਦੀ ਲਵਾਈ ਕਰੋਗੇ, ਕਦੋਂ ਪਨੀਰੀ ਦੀ ਬਿਜਾਈ ਕਰੋਗੇ ਜਾਂ ਸਿੱਧੀ ਬਿਜਾਈ ਜੇ ਕਰਨੀ ਆ ਤਾਂ। ਇਹਦੇ ਨਾਲ ਕੀ ਹੁੰਦਾ, ਇੱਕ ਦੂਜੇ ਨਾਲ ਤੁਸੀਂ ਡਿਸਕਸ ਕਰਦੇ ਹਾਂ, ਉਹਦੇ ਤੋਂ ਵੀ ਤੁਹਾਨੂੰ ਜਿਹੜਾ ਹੈਗਾ ਇੱਕ ਦੂਜੇ ਨਾਲ ਫਾਇਦਾ ਮਿਲਦਾ। ਜਿਹੜੀਆਂ ਮੈਂ ਤਾਂ ਤੁਹਾਡੇ ਨਾਲ ਜਾਣਕਾਰੀਆਂ ਕੋਸ਼ਿਸ਼ ਕਰਨੀਆਂ ਸਾਂਝੀਆਂ ਕਰਦੇ ਰਹਿਣਾ, PR 131 ਤੋਂ ਲੈ ਕੇ PR 130, PR 128, 29, PR 126, PR 121, PR 113, PR 114, PR 126 ਅਤੇ PR 131 ਬਾਰੇ ਤੁਹਾਨੂੰ ਜ਼ਿਆਦਾਤਰ ਕਿਸਾਨ ਵੀਰ ਗੱਲ ਕਰਦੇ ਹੋਣਗੇ। ਹਰੇਕ ਦੂਜਾ ਤੀਜਾ ਕਿਸਾਨ ਵੀਰ PR 126, PR 131, ਇਦੂ ਬਿਨਾ ਪੂਸਾ ਬਾਸਮਤੀ 1121, 1509, 1718, 1692, 1847, ਜਾਂ ਕੁਛ ਕਿਸਾਨ ਵੀਰ 1885, 1886 ਆਪਣੇ ਰਿਕਮੈਂਡ ਨਹੀਂ ਹੈਗਾ, ਅਤੇ ਹੋਰ ਨਵੀਆਂ ਕਈ ਕਿਸਮਾਂ ਨੇ। ਨਵੀਆਂ ਕਿਸਮਾਂ ਬਾਰੇ ਮੈਨੂੰ ਜਿਹੜੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹੁੰਦਾ, 1/2 ਏਕੜ ਲਾ ਲਓ, 1 ਏਕੜ ਲਾ ਲਓ, ਉਹ ਵੀ ਜੇ ਤੁਹਾਨੂੰ ICR ਤੋਂ ਬੀਜ ਮਿਲਦਾ ਜਾਂ PAU ਲੁਧਿਆਣਾ ਤੋਂ ਬੀਜ ਮਿਲਦਾ। PAU ਲੁਧਿਆਣਾ ਵੱਲੋਂ ਤਾਂ ਐਤਕੀ ਕੋਈ ਨਵੀਂ ਕਿਸਮ ਦਿੱਤੀ ਨਹੀਂ ਗਈ, ਨਵੀਂ ਕਿਸਮ ਦਾ ਬੀਜ ਜੇ ICR ਤੋਂ ਕੋਈ ਲੈਣਾ ਤਾਂ ਉੱਥੋਂ ਜੇ ਮਿਲਦਾ ਲੈ ਲਓ, ਵਰਨਾ ਤੁਸੀਂ ਪੁਰਾਣੀਆਂ ਕਿਸਮਾਂ ਹੀ ਟਰਾਈ ਕਰੋ। ਬੇਫਿਕਰ ਹੋ ਕੇ ਜਿਹੜਾ ਤੁਸੀਂ ਬੀਜ ਰੱਖਿਆ ਹੋਇਆ ਉਹਨੂੰ ਬਾਹਰ ਕੱਢੋ, ਉਹਦੀ ਜਰਮੀਨੇਸ਼ਨ ਗਾਹ ਚੈੱਕ ਕਰ ਲਿਆ ਜੇ ਮਈ ਜੂਨ 'ਚ ਜਾ ਕੇ, ਮਈ 'ਚ ਚੈੱਕ ਕਰ ਲਿਓ, ਮਈ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਜਰਮੀਨੇਸ਼ਨ ਟੈਸਟ ਉਹ ਜਿਹੜਾ ਕਲੀਅਰ ਹੋਣਾ ਚਾਹੀਦਾ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਆਪਾਂ ਜਿਹੜੀ ਵਰਾਇਟੀ ਇਹ ਵਧੀਆ ਇਹਦੀ ਜੰਮਣ ਸ਼ਕਤੀ ਹੈਗੀ ਆ, ਤਾਂ ਉਹ ਬੀਜੋ। ਨਵੀਂ ਕਿਸਮ ਤੁਸੀਂ ਬਹੁਤ ਘੱਟ ਰੱਖ ਵੇ ਇਹਦੇ ਵਿੱਚ, ਅਤੇ ਦੇਖੀਆਂ ਪਰਖੀਆਂ ਕਿਸਮਾਂ, ਕੋਈ
ਤੁਹਾਨੂੰ ਪ੍ਰਾਈਵੇਟ ਕਿਸਮਾਂ ਮਤਲਬ ਹੁਣ ਨਾ ਇਹ ਜਦੋਂ ਸੀਜ਼ਨ ਹੁੰਦਾ ਕਣਕ ਦਾ ਝੋਨੇ ਦਾ, ਉਦੋਂ ਤੁਹਾਨੂੰ ਕਣਕ ਦਾ ਝਾੜ 30 ਕੁਇੰਟਲ ਤੱਕ 32 ਕੁਇੰਟਲ ਤੱਕ, ਅਤੇ ਦੂਜਾ ਝੋਨੇ ਦਾ 40 ਤੋਂ ਪਲੱਸ। ਤੁਸੀਂ ਦੇਖੋ ਵੀ ਜਿਹੜੇ ਅਡੈਪਟਿਵ ਟਰਾਇਲ ਯੂਨੀਵਰਸਿਟੀਆਂ ਲਾਉਂਦੀਆਂ ਨੇ ਜਾਂ ICRO ਲਾਏ ਜਾਂਦੇ ਆ, ਉਹਨਾਂ ਵੱਲੋਂ ਅਡੈਪਟਿਵ ਟਰਾਇਲ ਆਲ ਇੰਡੀਆ 'ਚ ਲਾ ਕੇ ਫਿਰ ਵਰਾਇਟੀ ਤੁਹਾਨੂੰ ਰਿਲੀਜ਼ ਕਰਕੇ ਦਿੱਤੀ ਜਾਂਦੀ। ਪ੍ਰਾਈਵੇਟ ਠੀਕ ਆ, ਪ੍ਰਾਈਵੇਟ ਕਿਸਮਾਂ ਵੀ ਤੁਸੀਂ ਬੀਜ ਸਕਦੇ, ਤੁਹਾਡੀ ਮਰਜ਼ੀ ਆ ਲਾ ਸਕਦੇ ਹੋ, ਪਰ ਨਵਾਂ ਬੀਜ ਨਹੀਂ ਜ਼ਿਆਦਾ ਰਕਬੇ 'ਤੇ ਵੱਧ ਰੇਟ 'ਤੇ ਲੈ ਕੇ ਅਤੇ ਜ਼ਿਆਦਾ ਰਕਬੇ ਦੇ ਉੱਤੇ ਨਵਾਂ ਬੀਜ ਨਹੀਂ ਲਾਉਣਾ। ਘੱਟ ਬੀਜ ਲੈ ਕੇ ਥੋੜ੍ਹੇ ਮਾਤਰਾ ਦੇ ਵਿੱਚ ਬੀਜ ਲੈ ਕੇ ਉਹਨੂੰ ਟਰਾਈ ਕਰਕੇ ਦੇਖ ਸਕਦੇ, ਪਰ ਮੈਂ ਤੁਹਾਨੂੰ ਇਹ ਨਵੇਂ ਬੀਜਾਂ ਬਾਰੇ ਇੰਨੇ ਰਿਕਮੈਂਡ ਨਵੇਂ ਬੀਜਾਂ ਬਾਰੇ ਮੈਂ ਇਹੀ ਤੁਹਾਨੂੰ ਵਾਰ ਵਾਰ ਕਹੂੰਗਾ ਕਿ ਬਚੋ ਜਿੰਨਾ ਬਚ ਸਕਦੇ ਹੋ, ਬਚੋ ਕਿਸਾਨ ਵੀਰੋ ਜਿੰਨਾ ਬਚ ਸਕਦੇ ਹੋ, ਇਹ 'ਚ ਆਪਣਾ ਹੀ ਫਾਇਦਾ। ਦੇਖੀਆਂ ਪਰਖੀਆਂ ਕਿਸ਼ਮਾਂ ਬੀਜੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।